ਥਾਣੇ ਅੱਗੇ ਧਰਨੇ ਤੇ ਬੈਠੇ ਲੋਕਾਂ ਤੇ ਕੁਝ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ। ਇੱਥੋਂ ਤੱਕ ਕਿ ਲੋਕਾਂ ਤੇ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਮਾਮਲਾ ਪੁੱਛੋ ਮੰਡੀ ਤੋਂ ਸਾਹਮਣੇ ਆਇਆ, ਜਿੱਥੇ ਬਦਮਾਸ਼ਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਥਾਣੇ ਅੱਗੇ ਧਰਨਾ ਲਗਾ ਕੇ ਕੁਝ ਲੋਕ ਬੈਠੇ ਹੋਏ ਸੀ। ਇਸ ਧਰਨੇ ਦੇ ਵਿੱਚ ਹਲਕੇ ਦੇ ਵਿਧਾਇਕ ਵੀ ਸ਼ਾਮਲ ਸੀ। ਤਾਂ ਵਿਧਾਇਕ ਦੀ ਮੌਜੂਦਗੀ ਦੇ ਵਿੱਚ ਧਰਨੇ ਤੇ ਫਾਇਰਿੰਗ ਕੀਤੀ ਗਈ ਔਰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਪੁੱਛੋ ਮੰਡੀ ਦੇ ਵਿੱਚ ਰਹਿਣ ਵਾਲੇ ਕੁਝ ਲੋਕਾਂ ਦੇ ਨਾਲ ਕੁਝ ਬਦਮਾਸ਼ਾਂ ਦੀ ਬਹਿਸ ਹੋ ਗਈ ਤੇ ਲੋਕਾਂ ਨੇ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਤੇ ਥਾਣੇ ਬਾਹਰ ਧਰਨਾ ਲਗਾ ਦਿੱਤਾ, ਜਿੱਥੇ ਵਿਧਾਇਕ ਵੀ ਪਹੁੰਚ ਗਏ ਤੇ ਇਸ ਦੌਰਾਨ ਤਿੰਨ ਮੁਲਜ਼ਮ ਆਏ ਜਿਨ੍ਹਾਂ ਨੇ ਧਰਨਾ ਦੇ ਰਹੇ ਲੋਕਾਂ ਤੇ ਦੋ ਹਵਾਈ ਫਾਇਰ ਕੀਤੇ। ਮੌਜੂਦ ਲੋਕਾਂ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਜਦਕਿ ਤੀਜਾ ਗੱਡੀ ਲੈ ਕੇ ਉੱਥੋਂ ਫਰਾਰ ਹੋ ਗਿਆ। ਤਾਂ ਬਠਿੰਡਾ ਦੇ ਪੁੱਛੋ ਮੰਡੀ ਦੇ ਵਿੱਚ ਇਹ ਵਾਰਦਾਤ ਹੋਈ। ਵਿਧਾਇਕ ਦੀ ਮੌਜੂਦਗੀ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਹਵਾਈ ਫਾਇਰ ਕੀਤੇ ਗਏ, ਲੋਕਾਂ ਦੇ ਵੱਲੋਂ ਥਾਣੇ ਦੇ ਬਾਹਰ ਧਰਨਾ ਲਗਾਇਆ ਹੋਇਆ ਸੀ। ਤਾਂ MLA ਮਾਸਟਰ ਜਗਸੀਰ ਸਿੰਘ ਮੌਕੇ ਤੇ ਪਹੁੰਚੇ ਤਾਂ ਧਰਨੇ ਤੇ ਆਏ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ, ਦੋ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਦੇਖੋ, ਸਾਡੀ ਜਿਹੜੀ ਮੰਡੀ ਹੈ ਬੜੀ ਪੀਸਫੁਲ ਔਰ ਏਕੇ ਦੀ ਮੰਡੀ ਹੈ। ਇੱਥੇ ਕੋਈ ਪਾਰਟੀਬਾਜ਼ੀ ਨਹੀਂ। ਇਲੈਕਸ਼ਨਾਂ ਵੇਲੇ ਹੁੰਦਾ ਉਦੋਂ ਬਾਅਦ ਅਸੀਂ ਸਾਰੇ ਭਰਾ ਇਕੱਠੇ ਹਾਂ। ਕੋਈ ਅਕਾਲੀ ਹੈ, ਕੋਈ ਕਾਂਗਰਸੀ ਹੈ, ਕੋਈ BJP ਹੈ, ਕੋਈ ਹੈ, ਇਹ ਸਾਡੀ ਮੰਡੀ ਦਾ ਇੱਕ ਹੈ। ਇੱਕ ਗੁੰਡੇ ਅਨਸਰ ਰਾਤ ਨੂੰ ਵੀ ਗਾਲਾਂ ਕੱਢ ਗਏ। ਪਿਸਤੌਲ ਉਹਨਾਂ ਦੇ ਕੋਲੇ ਸੀਗਾ, ਉਹ ਰਾਤ ਨੂੰ ਵੀ ਗਾਲਾਂ ਕੱਢ ਗਏ। ਫਿਰ ਅਸੀਂ ਉਦੋਂ ਬਾਅਦ SHO ਨੂੰ ਰਾਤ ਨੂੰ 11 ਵਜੇ ਸਾਡੇ ਬਿੰਟਾ ਜੀ, ਟਾਂਡੇ ਜੀ, ਪ੍ਰਿੰਸ ਜੀ ਸਾਰੇ ਅਸੀਂ ਇਕੱਠੇ ਹੋ ਕੇ ਉੱਥੇ 11 ਵਜੇ ਗੱਲ ਕੀਤੀ ਔਰ ਉਦੋਂ ਸਾਨੂੰ ਪ੍ਰਸ਼ਾਸਨ ਨੇ ਦਵਾਇਆ ਵੀ ਤੜਕੇ ਅਸੀਂ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰ ਦਿਆਂਗੇ। ਜਦੋਂ 10:30 ਵੱਜ ਗਏ, ਅਸੀਂ ਸਾਰੇ ਮੰਡੀ ਵਾਲੇ ਇਕੱਠੇ ਹੋ ਕੇ ਆਏ। ਇਹਨਾਂ ਨੇ ਸਾਨੂੰ, ਪ੍ਰਸ਼ਾਸਨ ਨੇ ਕੋਈ ਜਵਾਬ ਨਹੀਂ ਦਿੱਤਾ। ਪ੍ਰਸ਼ਾਸਨ ਨੇ ਕੋਈ ਸਾਨੂੰ ਉਹਦਾ ਗੱਲ ਦਾ ਵਿਸ਼ਵਾਸ ਨਹੀਂ ਆਇਆ। ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਆਪਾਂ ਦਰੀਆਂ ਵਿਛਾ ਲਓ। ਦੇਖੋ, ਸਭ ਨੂੰ ਮਾੜਾ ਜਿਹੜਾ ਕੰਮ ਹੋਇਆ, ਅਸੀਂ ਧਰਨੇ ਤੇ ਬੈਠੇ, ਜਿਹੜਾ ਗੁੰਡੇ ਅੰਸਰ ਦਾ ਇੰਨਾ ਭੈੜਾ ਜਿਹੜਾ ਜਿਗਰਾ ਉਹਨਾਂ ਦਾ, ਸਾਡੇ ਉੱਤੇ ਉਹਨਾਂ ਨੇ ਗੱਡੀ ਚੜਾਤੀ। ਅਸੀਂ ਬੜੀ ਕਿਸਮਤ ਨਾਲ ਛਾਲ ਮਾਰ ਕੇ ਪਾਸੇ ਹੋ ਗਏ। ਔਰ ਫਿਰ ਉਦੋਂ ਬਾਅਦ ਤੋਂ ਮਾੜੀ ਗੱਲ ਕੀ ਹੋਈ ਹੈ ਕਿ ਜਿਹੜਾ ਉਹਨੇ ਨੰਗੀਆਂ ਗੋਲੀਆਂ ਚਲਾਈਆਂ, ਇਹ ਤਾਂ ਰੱਬ ਦੀ ਕਿਰਪਾ ਨਾਲ ਕੋਈ ਸਾਡੇ ਬੰਦੇ ਭੱਜ ਗਏ, ਧਰਨੇ ਵਾਲੇ ਆਸੇ ਪਾਸੇ ਹੋ ਗਏ, ਤਾਂ ਸਾਡੀ ਬੱਚਤ ਰਹਿ ਗਈ ਨਹੀਂ। ਕੋਈ ਐਸਾ ਬੰਦਾ ਹੋਣਾ ਕਿ ਸਾਡਾ ਬੰਦੇ ਦਾ ਨੁਕਸਾਨ ਹੋ ਜਾਣਾ। ਔਰ ਮੈਂ ਪ੍ਰਸ਼ਾਸਨ ਦਾ ਹਾਲਾਤ, ਇਹਨਾਂ ਨੇ ਯੂਪੀ ਨੂੰ ਭੈੜੇ ਬਣਾ ਤੇ, ਇਹ ਕਿਵੇਂ ਗੱਡੀ ਚੱਲੂ? ਫਿਰ ਸਾਡੀ ਮੰਡੀ 'ਚ ਚੋਰੀਆਂ ਹੋਈਆਂ, ਨਾ ਕੋਈ ਚੋਰੀਆਂ ਦੀ ਉੱਗ ਸੁੱਗ ਹੈ, ਨਾ ਕੋਈ। ਯਾਰ, ਕਮ ਸੇ ਕਮ 20 ਦਿਨ ਪਹਿਲਾਂ ਜਿਹੜੀ ਪਾਰਟੀ ਨਾਲ ਇਹ ਵਾਰਦਾਤ ਹੋਈ ਹੈ, 20 ਦਿਨ ਪਹਿਲਾਂ ਉਹਨੇ ਦਰਖਾਸਤ ਦਿੱਤੀ, ਦਰਖਾਸਤ ਦੀ ਕੋਈ ਕਾਰਵਾਈ ਨਹੀਂ ਹੋਈ। ਮੈਂ ਇਹੀ ਮੰਗ ਕਰੂੰਗਾ ਪ੍ਰਸ਼ਾਸਨ ਅੱਗੇ ਕਿ ਅੱਖਾਂ ਖੋਲ੍ਹੋ, ਜਿਹੜੇ ਲੋਕਾਂ ਨੂੰ ਇਨਸਾਫ ਦਵਾਓ। ਅਗਰ ਜੇ ਲੋਕ ਇਹ ਹਾਲਾਤ ਨਾ ਹੋ ਗਏ ਤਾਂ ਲੋਕਾਂ ਦੇ ਗਲ ਪੈਣੇ ਹੋ ਜਾਣਗੇ। ਜਿਹੜਾ ਸਰੀਫ ਬੰਦਾ, ਉਹਦਾ ਰਹਿਣਾ ਦੁੱਬਰ ਹੋ ਜੂਗਾ ਪੰਜਾਬ ਦੇ ਵਿੱਚ। ਇਹ ਤਾਂ UP ਨੂੰ ਭੈੜਾ ਹਾਲ ਹੋ ਗਿਆ। ਅਸੀਂ ਇਹੀ ਮੰਗ ਕਰਦੇ ਹਾਂ ਕਿ ਸਰਕਾਰ ਆਪਣੀਆਂ ਅੱਖਾਂ ਖੋਲ੍ਹੇ ਔਰ ਦੇਖੇ ਕਿ ਕੀ ਹਾਲਾਤ ਹੋ ਰਹੇ ਆ ਮੰਡੀਆਂ 'ਚ ਅਤੇ ਸ਼ਹਿਰਾਂ 'ਚ,
ਕਿੰਨਾ ਬੁਰਾ ਹਾਲ ਹੈ, ਲੁੱਟ ਸੁੱਟਾਂ ਹੋ ਰਹੀ ਹੈ। ਇਹ ਮਾਮਲਾ ਜਿਹੜਾ ਅੱਜ ਘਟਨਾ ਘਟੀ ਹੈ ਪੁੱਛੋ ਮੰਡੀ ਵਿਖੇ, ਇਹ ਕੱਲ੍ਹ ਰਾਤ ਦੀ ਗੱਲ ਹੈ ਕਿ ਇਹ ਦੋ ਜਣੇ ਦੋਸ਼ੀ ਆਏ ਔਰ ਉਹਨਾਂ ਕੋਲ ਨੰਗੀ ਪਿਸਤੌਲ ਸੀਗੀ ਅਤੇ ਚੌਂਕ 'ਚ ਖੜ੍ਹ ਕੇ ਗਾਲਾਂ ਕੱਢ ਰਹੇ ਸੀ ਦੋ ਤਿੰਨ ਵਿਅਕਤੀਆਂ ਦਾ ਨਾਂ ਲੈ ਕੇ। ਮੈਂ ਉੱਥੇ ਪਹੁੰਚਿਆ, ਮੈਂ ਉਹਨਾਂ ਨੂੰ ਕਿਹਾ ਵੀ ਵੀ ਭਾਈ ਸਾਹਿਬ ਤੁਸੀਂ ਇਸ ਤਰ੍ਹਾਂ ਗਾਲਾਂ ਨਾ ਕੱਢੋ, ਕਿਉਂਕਿ ਇਹ ਚੌਂਕ ਹੈ, ਮੰਡੀ ਦਾ ਹਰ ਸਰਮਾਏਦਾਰ ਵਿਅਕਤੀ ਇੱਥੇ ਬੈਠਾ ਹੈ ਅਤੇ ਤੁਸੀਂ ਧੀਆਂ ਭੈਣਾਂ ਵੀ ਸਭ ਦੀਆਂ ਸਾਂਝੀਆਂ, ਤੁਸੀਂ ਗਾਲਾਂ ਗੰਦੀਆਂ ਨਾ ਕੱਢੋ। ਜੇ ਕੋਈ ਤੁਹਾਡਾ ਮਸਲਾ ਹੈ ਤਾਂ ਉਹ ਬੈਠ ਕੇ ਹੱਲ ਹੋ ਜੂਗਾ, ਤੁਸੀਂ ਆਪਣੇ ਆਪਣੇ ਘਰੇ ਚਲੇ ਜਾਓ। ਵਾਰ ਵਾਰ ਬੇਨਤੀ ਕਰਨ 'ਤੇ ਵੀ ਪਰ ਉਹ ਆਪਦੀ ਜਿੱਦ 'ਤੇ ਅੜੇ ਰਹੇ, ਉਹ ਬੋਲੀ ਗਏ ਪੁਲਿਸ ਪ੍ਰਸ਼ਾਸਨ ਦੀ ਅਸੀਂ ਮਦਦ ਲੈਣੀ ਚਾਹੀ, ਤਾਂ ਉਹਨਾਂ ਨੇ ਪੁਲਿਸ ਨੂੰ ਵੀ ਵਰਜਿਆ ਵੀ ਅਸੀਂ ਖਾਕੀ ਵਰਦੀ ਤੋਂ ਕਦੇ ਨਹੀਂ ਡਰਦੇ, ਇੰਨੇ ਉਹਨਾਂ ਦੇ ਹੌਸਲੇ ਉਹ ਸੀਗੇ। ਅਤੇ ਉਹਨਾਂ ਨੇ ਪੁਲਿਸ ਦੇ ਬੰਦੇ ਨਾਲ ਵੀ ਧੱਕਾ ਮੁੱਕੀ ਕੀਤੀ ਅਤੇ ਆਪਦੀ ਗੱਲ 'ਤੇ ਅੜੇ ਰਹੇ ਰਾਤ। ਫਿਰ ਉਹ ਕੁਛ ਦੇਰ ਬਾਅਦ ਚਲੇ ਗਏ, ਫਿਰ ਉਸ ਤੋਂ ਬਾਅਦ SHO ਸਾਹਿਬ ਨਥਾਣਾ ਉਹ ਪਹੁੰਚੇ। ਜਦੋਂ ਸਾਡੇ ਮੰਡੀ ਡਮਾਸੀ ਹੋਰਾਂ ਦਾ ਉੱਥੇ ਇਕੱਠ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਸਵੇਰੇ ਕਾਰਵਾਈ ਕਰਾਂਗੇ, ਹੁਣ ਤੁਸੀਂ ਘਰੇ ਘਰੇ ਚਲੇ ਜਾਓ। ਉੱਥੇ ਦਰਖਾਸਤ ਦਿੱਤੀ ਗਈ, ਦਰਖਾਸਤ ਦੀ ਕਾਰਵਾਈ ਸੁਬਹਾ ਜਦੋਂ ਇਹਨਾਂ ਨੂੰ ਚੱਕਣ ਗਈ ਪੁਲਿਸ, ਤਾਂ ਇਹਨਾਂ ਪੁਲਿਸ ਨੇ ਤਾਂ ਸਾਨੂੰ ਕਿਹਾ ਵੀ ਉਹਦਾ ਫੋਨ ਬੰਦ ਆਈ ਜਾਂਦਾ ਹੈ, ਪਰ ਉਹਦਾ ਫੋਨ ਆਉਣ ਸੀਗਾ। ਫੋਨ ਆਉਣ ਕਰਕੇ ਉਹਨੇ ਸਾਨੂੰ ਕਿਹਾ ਕਿ ਮੈਂ ਆਉਣਾ, ਤੁਸੀਂ ਦੱਸੋ ਕਿੱਥੇ ਬੈਠੇ ਹੋ। ਅਸੀਂ ਇੱਥੇ ਟਰੱਕ ਯੂਨੀਅਨ ਦੇ ਸਾਡੇ ਕੁਛ ਸਾਥੀ ਸੀਗੇ, ਕੁਛ ਮੰਡੀ ਨਿਵਾਸੀ ਸੀਗੇ, ਘੱਟੋ ਘੱਟ ਮਿਲਾ ਕੇ 100-150 ਲੋਕ ਅਸੀਂ ਦਰੀਆਂ ਵਿਛਾ ਕੇ ਬੈਠੇ ਸੀ ਵੀ ਤੁਸੀਂ ਦੋਸ਼ੀਆਂ ਨੂੰ ਜਲਦ ਫੜੋ, ਕਿਉਂਕਿ ਕੱਲ੍ਹ ਵੀ ਕਹਿ ਕੇ ਗਏ, ਅੱਜ ਵੀ ਉਹ ਫੋਨ 'ਤੇ ਧਮਕੀਆਂ ਦੇਈ ਜਾਂਦੇ ਆ। ਔਰ ਉਹਨਾਂ ਨੇ ਜਦੋਂ ਇੰਨੀ ਗੱਲ ਕਰਦੇ ਕਰਦੇ ਇੱਧਰੋਂ ਇੱਕ ਫਾਰਚੂਨਰ ਗੱਡੀ ਆਈ ਜਿਹਦੇ 'ਚ ਰਾਤ ਵਾਲੇ ਉਹ ਦੋ ਦੋਸ਼ੀ ਅਤੇ ਇੱਕ ਦੋ ਉਹਨਾਂ ਦੇ ਨਾਲ ਹੋਰ ਅਣਪਛਾਤੇ ਵਿਅਕਤੀ ਸੀ। ਉਹਨਾਂ ਨੇ ਉੱਤਰ ਕੇ ਪਹਿਲਾਂ ਤਾਂ ਗੱਡੀ ਉੱਤੇ ਚੜ੍ਹਾ ਦੇਣੀ ਸੀ, ਹਾਰਨ ਦੱਬ ਕੇ ਪੂਰੀ ਸਪੀਡ 'ਤੇ ਜਮ੍ਹਾਂ ਧਰਨੇ ਦੇ ਕੋਲ ਗੱਡੀ ਰੋਕੀ, ਭੱਜ ਕੇ ਜਾਣ ਬਚਾਈ ਸਾਹਿਬ ਨੇ। ਅਤੇ ਉਹਨਾਂ ਨੇ ਨਾਲ ਹਵਾਈ ਫਾਇਰਿੰਗ ਕਰਤੀ, ਹਵਾਈ ਫਾਇਰਿੰਗ ਕਰਕੇ ਅਤੇ ਪਿਸਟਲ ਲੈ ਕੇ ਆਪਦਾ ਅਤੇ ਚੌਂਕੀ ਦੇ ਅੰਦਰ ਵੜ ਗਏ। ਚੌਂਕੀ ਦੇ ਅੰਦਰ ਗਾਰਡ ਘੱਟ ਸੀ, ਅਸੀਂ ਚੌਂਕੀ ਵਾਲਿਆਂ ਨੂੰ ਵੀ ਕਿਹਾ ਵੀ ਤੁਸੀਂ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕਰੋ ਵੀ ਇਹ ਕਿਸੇ ਦਾ ਨੁਕਸਾਨ ਨਾ ਕਰ ਦੇਣ, ਪਰ ਫਾਇਰਿੰਗ ਕੋਈ ਹੋਈ ਨਹੀਂ। ਉਸ ਦੋਸ਼ੀ ਦਾ ਜਦੋਂ ਪਿਸਤੌਲ ਥੱਲੇ ਡਿੱਗਿਆ ਤਾਂ ਫਿਰ ਉਸਨੂੰ ਸਾਡੀ ਜਿਹੜੀ ਪਬਲਿਕ ਸੀ ਉਹਨੇ ਕਾਬੂ ਪਾਇਆ ਅਤੇ ਉਹਦੀ ਛਿੱਤਰ ਪਰੇਡ ਵੀ ਕੀਤੀ। ਉਸ ਤੋਂ ਬਾਅਦ ਹੁਣ ਦੋ ਵਿਅਕਤੀ ਇੱਥੇ ਫੜੇ ਹੋਏ ਆ, ਇੱਕ ਦਾ ਨਾਂ ਕੁੰਡੀ ਹੈ ਕੋਈ ਗੁਰਸੇਵਕ ਸਿੰਘ ਚੱਕਾਂ ਤੋਂ ਅਤੇ ਇੱਕ ਜਿਹੜਾ ਜਗਜੀਤ ਸਿੰਘ ਨਥਾਣੇ ਵਾਲਾ ਹੈਗਾ ਟਰੱਕਾਂ ਵਾਲਾ, ਅਤੇ ਦੋ ਹਜੇ ਭੱਜੇ ਹੋਏ ਨੇ ਜੋ ਫਾਰਚੂਨਰ ਪਾਵੀ ਭਜਾ ਕੇ ਲੈ ਗਈ। ਹੁਣ ਅੱਜ DSP ਸਾਹਿਬ ਆਏ ਆ ਇੱਥੇ, ਇਹਨਾਂ ਨੂੰ ਅਸੀਂ ਸਾਰੀ ਗੱਲਬਾਤ ਦੱਸੀ ਹੈ ਵੀ ਇਸ ਤਰ੍ਹਾਂ ਇਹ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ, ਵੀ ਇਹਨਾਂ ਦਾ ਜਿਹੜਾ ਕੋਈ ਮਸਲਾ ਸੀ ਅਸੀਂ ਬੈਠ ਬੈਠ ਕੇ ਵਾਰ ਵਾਰ ਰਿਕੁਐਸਟ ਵੀ ਕੀਤੀ ਇਹਨਾਂ ਨੂੰ, ਪਰ ਇਹ ਕਿਸੇ ਗੱਲ 'ਤੇ ਨਹੀਂ ਆਏ। ਇਹ ਜਿਹੜਾ ਨੰਗਾ ਨਾਚ ਖੇਡਿਆ ਗਿਆ ਇਹ ਬਹੁਤ ਵੱਡਾ ਡਰ ਅਤੇ ਭੈ ਦਾ ਮਾਹੌਲ ਹੈ। ਜਿਸ ਖਾਕੀ ਵਰਦੀ ਵੀ ਸੇਫ ਨਹੀਂ, MLA ਸਾਹਿਬ ਖੁਦ ਧਰਨੇ 'ਚ ਬੈਠੇ ਸੀ, ਉਹਨਾਂ ਨੇ ਵੀ ਭੱਜ ਕੇ ਜਾਨ ਬਚਾਈ, ਫਾਇਰਿੰਗ MLA ਸਾਹਿਬ 'ਤੇ ਵੀ ਹੋਈ, ਮੇਰੇ 'ਤੇ ਵੀ ਹੋਈ। ਔਰ ਖੁਦਾ ਨਾ ਖਾਸਤਾ ਵੀ ਗੋਲੀ ਕਿਸੇ ਦੇ ਲੱਗੀ ਨਹੀਂ, ਬਚ ਗਈ, ਕਿਉਂਕਿ ਉਹਦਾ ਘਬਰਾਏ ਹੋਏ ਦਾ ਪਿਸਤੌਲ ਡਿੱਗ ਪਿਆ। ਡਿੱਗਣ ਤੋਂ ਬਾਅਦ ਉਹ ਜਿਹੜਾ ਦੋਸ਼ੀ ਆ ਉਹ ਕਾਬੂ ਹੋਇਆ। ਹੁਣ DSP ਸਾਹਿਬ ਨੇ ਕਿਹਾ ਕਿ ਇਹ ਅਸੀਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ, ਕਿਉਂਕਿ ਬਾਕੀ ਲੋਕਾਂ ਦੇ ਅਸਲੇ ਸਭ ਦੇ ਜਮ੍ਹਾਂ ਕਰਾਏ ਹੋਏ ਨੇ ਇਲੈਕਸ਼ਨ ਕੋਡ ਕਰਕੇ, ਪਰ ਇਹ ਦੋਸ਼ੀ ਨੰਗੇ ਰਿਵਾਲਵਰ ਲਈ ਫਿਰਦੇ ਆ, ਜਿਨ੍ਹਾਂ 'ਤੇ ਕਿ ਤਕੜੀ ਤੋਂ ਤਕੜੀ ਸਖ਼ਤ ਤੋਂ ਸਖ਼ਤ ਧਾਰਾ ਲੱਗਣੀ ਚਾਹੀਦੀ ਹੈ ਔਰ ਇਹਨਾਂ ਦੇ ਅਸਲਿਆਂ ਦੇ ਲਾਇਸੈਂਸ ਰੱਦ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਡੱਕਣਾ ਚਾਹੀਦਾ, ਤਾਂ ਕਿ ਇਹ ਕਿਸੇ ਅਣਹੱਤੇ ਨਿਹੱਤੇ ਵਿਅਕਤੀ ਦਾ ਕੋਈ ਕਿਸੇ ਦੀ ਕੁੱਟਮਾਰ ਜਾਂ ਕੋਈ ਕਤਲ ਨਾ ਕਰ ਸਕੇ।